ਅਸਲਾਮ ਅਲੈਕੁਮ ਮਲਕ, ਮੈਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਪਸੇ ਪਰਦਾ ਹਕਾਇਕ ਦੇ ਇੱਕ ਨਵੇਂ ਵਲੌਗ ਦੇ ਨਾਲ। ਮਲਕ, ਅੱਜ ਦਾ ਜਿਹੜਾ ਸਾਡਾ ਟਾਪਿਕ ਹੈ ਉਹ ਨਿਹਾਇਤ ਅਹਿਮ ਟਾਪਿਕ ਹੈ, ਉਹ ਸਮਝਣ ਤੁਹਾਡੇ ਖਾਤਰ ਜ਼ਰੂਰੀ ਹੈ। ਸਾਡਾ ਟਾਪਿਕ ਹੈ ਫੈਜ਼ਾਬਾਦ ਧਰਨਾ। ਤੁਸੀਂ ਦੇਖੋ ਕਿ ਤੁਹਾਡੇ ਸਾਹਮਣੇ ਹੀ ਟਾਈਮ ਜਿਹੜਾ ਇੱਕ TLP ਦਾ ਗਰੁੱਪ ਗਿਆ ਵਧੇ ਫੈਜ਼ਾਬਾਦ, ਜਿਹੜੇ ਜੋ ਨਾ ਗੁਲਾਮ ਪਾਰਕ ਨਹੀਂ ਸੀ ਆਖ ਸਕਦੇ, ਕਿਉਂਕਿ ਪਿੰਡੀ ਕਿਨੇ ਸਟਾਰਟ ਥੈਨ ਫੈਜ਼ਾਬਾਦ ਤੱਕ, ਤੁਸੀਂ ਮਾਰਚ ਆਖ ਸਕਦੇ ਵੇ। ਇੱਕ ਮਾਰਚ ਤਾਂ ਉਹਨੇ ਉਹ ਕਿਤੇ ਇਹਤਜਾਜ ਕਰਨ ਦੇ ਪੈਣ, ਮਾਰਚ ਕਰਨ ਦੇ ਪੈਣ ਜੋ ਨਾ ਫੈਜ਼ਾਬਾਦ ਤੱਕ। ਉਹਦੇ ਬਾਅਦ ਉਹਨਾਂ ਦਾ ਪ੍ਰੋਗਰਾਮ ਅਚਾਨਕ ਤਬਦੀਲ ਤਹਿਤ ਉਹ ਵੱਲ ਹੁਣ ਧਰਨੇ ਦੇ ਵਿੱਚ ਤਬਦੀਲ ਦੇਣਾ ਪਏ। ਉੱਥੋਂ ਉਹ ਮੈਨੂੰ ਲੱਗਦਾ ਇਵੇਂ ਕਿ ਉਹ ਲੰਬੇ ਅਰਸੇ ਪਹਾਣ ਦੇ ਖਾਤਰ ਸੋਚਿਆ ਨੇ ਪੈਣ। ਪਰ ਅਗਰ ਇਹਦੇ ਬਾਰੇ ਵਿੱਚ ਦੇਖੂੰ ਤਾਂ ਉਹਨੇ ਦਾ ਬਹਾਣ ਉੱਥਾਂ ਜਾਂ ਉਹ ਜਿਹੜਾ ਇਹ ਕੰਮ ਕਰਨ ਦੇ ਪੈਣ, ਇੱਕੋ ਸਪੋਰਟ ਕਰਨਾ ਚਾਹੀਦਾ ਹੈ, ਨਿਹਾਇਤ ਬਿਹਤਰੀਨ ਕੰਮ ਕਰਨ ਦੇ ਪੈਣ। ਔਰ ਇਹ ਕੰਮ ਹਰ ਪਾਕਿਸਤਾਨੀ ਨੂੰ ਬਲਕਿ ਹਰ ਮੁਸਲਮਾਨ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਉਹਨੇ ਦਾ ਜਿਹੜਾ ਇਹ ਇਹਤਜਾਜ ਹੈ, ਇਹ ਇਹਤਜਾਜ ਹੈ ਉਹਨੇ ਦਾ ਫਲਸਤੀਨੀ ਭਰਾਵੇਂ ਦੇ ਹੱਕ 'ਚ। ਦੇਖੋ ਤੁਸੀਂ ਜਲਣ ਦਾ ਇਹ 7 ਅਕਤੂਬਰ ਕਨੇ ਜਿਹੜੇ ਇਹ ਹਮਲੇ ਸਟਾਰਟ ਥੈਨ, ਇਸਰਾਈਲ ਨੇ ਹਮਲੇ ਕੀਤੇ ਨੇ, ਉਹਦੇ ਕਿਨੇ ਗਿਣ ਕੇ ਹੁਣ ਤੱਕ ਕੋਈ 38,000 ਦੇ ਕਰੀਬ ਬੰਦੇ ਜੋ ਨਾ ਮੁਸਲਮਾਨ ਸ਼ਹੀਦ ਚੁੱਕੇ, ਜਿਹਦੇ ਵਿੱਚ ਜਿਹੜਾ ਜ਼ਿਆਦਾ ਤਾਦਾਦ ਹੈ ਉਹ ਔਰਤਾਂ ਦਾ ਤਬਾਲੇ ਦਾ ਹੈ। ਅਤੇ ਮੁਸਲਮਾਨੇ ਦਾ ਹੱਕ ਬਣਦੇ ਕਿ ਬਾਹਰੋਂ ਨਿਕਲਣ, ਔਰ ਇਹ ਅਗਰ TLP ਵਾਲੇ ਪਹਿਲੇ ਨਿਕਲਣ ਤਾਂ ਇਹਨੇ ਬਿਹਤਰ ਕੀਤੇ। ਇਹ ਹਰ ਪਾਕਿਸਤਾਨੀ ਦਾ ਹੱਕ ਹੈ, ਨਿਕਲਣਾ ਚਾਹੀਦਾ ਹੈ, ਔਰ ਇਹਨੇ ਕੋ ਵੀ ਵੈਲਕਮ ਕਰਨਾ ਚਾਹੀਦਾ, ਇਹਨਾਂ ਦੀ ਨੀਅਤ ਉੱਤੇ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ। ਜਿਹੜੇ ਗਏ ਬੰਦੇ ਨੇ ਆਪਣਾ ਟਾਈਮ ਕੱਢ ਕੇ, ਆਪਣੇ ਕਾਰੋਬਾਰ ਕੋ ਛੋੜ ਕੇ, ਆਪਣੇ ਬਾਲੇ ਬੱਚੇ ਕੋ ਛੋੜ ਕੇ, ਜਿਹੜਾ ਉਹਨਾਂ ਦਾ ਮਕਸਦ ਹੈ ਉਹ ਮਕਸਦ ਸਹੀ ਹੈ। ਇਹ ਜੋ ਹੈ ਨਾ ਜਿਹੜਾ ਇਹ ਜ਼ੁਲਮ ਬਰਬਰੀਅਤ, ਇਹਦੇ ਖਿਲਾਫ਼ ਕਹੀਂ ਨਾ ਕਹੀਂ ਤਾਂ ਨਿਕਲਣ ਹੈ ਨਾ, ਅਤੇ ਉਹਨੇ ਉਹ ਪਹਿਲੇ ਨਿਕਲਣ 'ਤੇ ਉਹਨੇ ਕੋ ਐਪਰੀਸ਼ੀਏਟ ਕਰਨਾ ਚਾਹੀਦਾ। ਹੁਣ ਸਾਡੇ ਜਿਹੜੇ TLP ਵਾਲੇ ਭਰਾ ਨੇ, ਇਹ ਲੱਗੇ ਗਏ ਨੇ ਉੱਥਾਂ, ਫੈਜ਼ਾਬਾਦ ਪੁੱਜ ਗਏ ਨੇ। ਹੁਣ ਅਸਾਂ ਕੋ ਜੋ ਹੈ ਨਾ ਉਹ ਉੱਥਾਂ ਬਾਂਹਦੇ, ਕਿਉਂ ਪਰ ਉਹਨਾਂ ਦੇ ਮਕਾਸਦ ਜਿਹੜੇ ਉਹ ਉਹਨਾਂ ਦੇ ਹਕੂਮਤ ਕਿਨੇ ਮੁਤਾਲਬੇ ਨੇ, ਉਹ ਮੁਤਾਲਬਾਤ ਦੇਖਣ ਜ਼ਰੂਰੀ ਹੈ, ਤਾਂ ਪਤਾ ਲੱਗ ਸੀ ਕਿ ਉੱਥੋਂ ਉਹ ਧਰਨਾ ਕਿਉਂ ਰਹਿੰਦੇ ਪੈਣ। ਅੱਛਾ, ਉਹਨਾਂ ਦੇ ਮੁਤਾਲਬਾਤ ਕੋ ਦੇਖੋ ਤਾਂ ਇਹ ਟਾਈਮ ਉਹਨਾਂ ਦਾ ਜਿਹੜਾ TLP ਹੈ ਉਹ ਗਵਰਨਮੈਂਟ ਕਿਨੇ 3 ਮੁਤਾਲਬੇ ਕਰਦੇ ਪੈਣ। ਉਹਨਾਂ ਦਾ ਜਿਹੜਾ ਪਹਿਲਾ ਮੁਤਾਲਬਾ ਹੈ ਉਹ ਇਹ ਕਿ ਨਤਨਯਾਹੂ ਜਿਹੜਾ ਜੋ ਨਾ ਇਸਰਾਈਲ ਦਾ ਹਕੂਮਤ ਜਮਾਤ ਹੈ, ਜਿਹੜਾ ਉਹਦਾ ਸਦਰ ਹੈ, ਉਹਨੂੰ ਦਹਿਸ਼ਤਗਰਦ ਕਰਾਰ ਦੇ ਦਿੱਤਾ ਵਈਏ। ਦੇਖੋ ਇਹ ਨਾ ਬਿਲਕੁਲ ਬਿਹਤਰੀਨ ਉਹਨਾਂ ਦਾ ਡਿਮਾਂਡ ਹੈ, ਇਹ ਗਵਰਨਮੈਂਟ ਦੇ ਖਾਤਰ ਵੀ ਇਹ ਜਿਹੜਾ ਕੋਈ ਮੁਸ਼ਕਿਲ ਕੰਮ ਕਹਿੰਦੇ ਨਾ, ਕਿਉਂਕਿ ਇੱਕ ਮੁਲਕ ਜੇ ਕੋ ਤੁਸੀਂ ਮੰਨਦੇ ਕਹਿੰਦੇ ਵੇ, ਤੁਹਾਡੇ ਪਾਸਪੋਰਟ ਦੇ ਉੱਤੇ ਮੰਨੇ, ਪਰ ਪਿੱਛੇ ਉਹਦੇ ਬੰਦੇ ਕੋਈ ਜਾਂ ਉਹਦੇ ਸਦਰ ਕੋ ਦਹਿਸ਼ਤਗਰਦ ਆਖਣ ਦੇ ਵਿੱਚ ਕੋਈ ਕਬਾਹਤ ਕਹਿੰਦੀ ਹੋਣਾ ਚਾਹੀਦਾ ਗਵਰਨਮੈਂਟ ਕੋ। ਗਵਰਨਮੈਂਟ ਕੋ ਇਹ ਮੁਤਾਲਬਾ ਜਾਇਜ਼ ਮੁਤਾਲਬਾ ਵੀ ਹੈ, ਜਿਹੜਾ ਕੁਝ ਇਸਰਾਈਲ ਜੋ ਨਾ ਫਲਸਤੀਨ ਦੇ ਉੱਤੇ ਕਰਦਾ ਪਏ ਉਹ ਗੈਰ ਇਨਸਾਨੀ ਹੈ। ਇਹ ਸਿਰਫ ਅਸਾਨੀ ਸੇ ਆਦੇ ਪਏ, ਜਿਹੜੇ ਅਕਵਾਮ ਮੁਤਹਿਦਾ ਦੇ ਮਮਾਲਿਕ ਨੇ ਉਹ ਵੀ ਆਦੇ ਪੈਣ, ਅਤੇ ਲਿਹਾਜ਼ਾ ਇੱਥੇ ਜੋ ਨਾ ਗਵਰਨਮੈਂਟ ਕੋ ਇਹ ਮਨ ਗਿਣਨਾ ਚਾਹੀਦਾ, ਔਰ ਜਿਤਨਾ ਜਲਦੀ ਥੀ ਸਕੇ ਪਹਿਲੇ ਗਵਰਨਮੈਂਟ ਕੋ ਆਪ ਹੀ ਕਰ ਦੇਣਾ ਚਾਹੀਦਾ। ਅਗਰ ਉਹਨੇ ਆਪ ਨਹੀਂ ਕੀਤਾ ਤਾਂ ਹੁਣੇ ਕੋਈ ਫੋਰਸ ਹੈ ਜਿਹੜੇ ਜੋ ਨਾ ਗਵਰਨਮੈਂਟ ਕੋ ਪ੍ਰੈਸ਼ਰਾਈਜ਼ ਕਰਦੇ ਪੈਣ, ਅਤੇ ਗਵਰਨਮੈਂਟ ਕੋ ਕਰ ਗਿਣਨਾ ਚਾਹੀਦਾ ਹੈ, ਜੋ ਨਾ ਮੁਤਾਲਬਾ ਮਨ ਗਿਣਨਾ ਚਾਹੀਦਾ, ਇਹ ਜਿਹੜਾ ਕੋਈ ਵੱਡਾ ਮੁਤਾਲਬਾ ਕਹਿੰਦੇ ਨਾ। ਉਹਦੇ ਬਾਅਦ ਉਹਨਾਂ ਦਾ ਜਿਹੜਾ ਦੂਜੇ ਨੰਬਰ ਦਾ ਮੁਤਾਲਬਾ ਹੈ ਉਹ ਇਹ ਹੈ ਕਿ ਜੋ ਨਾ ਕੋਈ ਇਮਦਾਦੀ ਸਮਾਨ, ਕੋਈ ਟੁੱਕੋਰ, ਕੋਈ ਪਾਣੀ, ਕੋਈ ਅਦਵਿਆਤ ਵਗੈਰਾ ਉੱਥਾਂ ਜੋ ਨਾ ਪਹੁੰਚਾਉਣੇ ਚਾਹੀਦੇ ਹਨ, ਹਕੂਮਤੀ ਸਤਾ 'ਤੇ ਜੋ ਨਾ ਉੱਥੇ ਇਮਦਾਦ ਭੇਜਣਾ ਚਾਹੀਦਾ ਕਹਿੰਦੇ ਫਲਸਤੀਨ ਤੋਂ। ਜਿਹੜਾ ਇਨਫਰਾਸਟਰਕਚਰ ਹੈ ਉਹ ਤਕਰੀਬਨ ਤਬਾਹ ਹੋ ਚੁੱਕੀ ਹੈ, ਅਤੇ ਲਿਹਾਜ਼ਾ ਜ਼ਰੂਰੀ ਹੈ ਕਿ ਉੱਥਾਂ ਹਕੂਮਤੀ ਸਤਾ 'ਤੇ ਇਹ ਕਿਸਮ ਦਾ ਕੋਈ ਇਕਦਾਮਾਤ ਹੋਣੇ ਚਾਹੀਦੇ ਨੇ, ਮੁਸਲਮਾਨ ਭਰਾਵੇਂ ਤੋਂ ਕੋਈ ਜੋ ਨਾ ਇਮਦਾਦ ਵਗੈਰਾ ਭੇਜਣਾ ਚਾਹੀਦਾ। ਇਹ ਸਿਰਫ ਪਾਕਿਸਤਾਨ ਨਾ, ਬਾਕੀ ਨੇੜੇ ਵਾਲੇ ਜਿਹੜੇ ਮਮਾਲਿਕ ਨੇ ਉਹ ਵੀ ਇਮਦਾਦ ਕਰਨ ਦੇ ਪੈਣ।
ਉਹ ਵੀ ਬੀਜੀ ਜਾਂਦੇ ਪਏ ਨੇ। ਉਹਦੇ ਇਲਾਵਾ ਜਿਹੜੇ ਯੂਨਾਈਟਿਡ ਨੇਸ਼ਨ ਨੇ, ਜਿਹੜੇ ਯੂਰਪੀ ਯੂਨੀਅਨ ਦੇ ਮੁਲਕ ਨੇ ਕੁਝ, ਉਹ ਵੀ ਇਮਦਾਦ ਭੇਜੇ ਜਾਂਦੇ ਪਏ। ਅਤੇ ਪਾਕਿਸਤਾਨ ਕੋਲ ਵੀ ਇਹਦੇ ਵਿੱਚ ਕੋਈ ਕਬਾਹਤ ਨਹੀਂ ਹੋਣਾ ਚਾਹੀਦਾ। ਪਾਕਿਸਤਾਨ ਕੋਲ ਪਹਿਲੇ ਇਹ ਕਰ ਗਿਣਨਾ ਚਾਹੀਦਾ ਹੈ, ਕੋਈ ਮੁਸਲਮਾਨ ਵੀਰਾਂ ਦੇ ਖਾਤਰ ਇਮਦਾਦ ਵਗੈਰਾ ਭੇਜਣਾ ਚਾਹੀਦਾ ਹੈ। ਅਗਰ ਉਹਨੇ ਹੁਣ ਤੱਕ ਨਹੀਂ ਭੇਜਿਆ ਹਕੂਮਤੀ ਸਤਹ 'ਤੇ ਨਹੀਂ ਥਿਆ ਕੋਈ ਅਜਿਹਾ ਕੰਮ, ਤਾਂ ਹੁਣੇ ਜਿਲ੍ਹੇ TLP ਦਾ ਫੋਰਸ ਗਿਆ ਬੈਠੇ, ਜਿਲ੍ਹੇ ਆਵਾਮ ਦਾ ਇੱਕ ਬੜਾ ਗਿਰੋਹ, ਇਹ ਵੀ ਆਖ ਸਕਦੇ ਕਿ ਉੱਥੋਂ ਲੋਕ ਕਹਿ ਨਹੀਂ ਗਏ, ਉਹ ਵਾਲੀ ਤਾਦਾਦ ਵਿੱਚ ਲੋਕ ਉਹਨੇ ਦੇ ਨਾਲ ਗਏ TLP ਦੇ ਨਾਲ, ਜਿਹੜੇ ਇਸ ਟਾਈਮ ਇਹਤਜਾਜ ਦੇ ਵਿੱਚ ਫੈਦਾਬਾਦ ਜਿਹੜਾ ਉਹ ਇਹਤਜਾਜ ਹੈ ਜਾਂ ਧਰਨਾ ਆਖ ਲਿਓ ਜਿਹੜੀ ਸ਼ੈ ਵੀ ਹੈ, ਉਹਦੇ ਵਿੱਚ ਆਵਾਮ ਦੀ ਬਹੁਤ ਵੱਡੀ ਤਾਦਾਦ ਹੈ, ਬਹੁਤ ਵੱਡੀ ਰਿਪ੍ਰੈਜੈਂਟੇਸ਼ਨ ਹੈ ਪਾਕਿਸਤਾਨੀ ਕੌਮ ਦੀ, ਨੈਸ਼ਨਲ ਅਤੇ ਇੰਟਰਨੈਸ਼ਨਲ ਮੀਡੀਆ ਕੋ ਕਵਰ ਕਰਨ ਦਾ ਪਏ। ਲਿਹਾਜ਼ਾ ਗਵਰਨਮੈਂਟ ਕੋ ਇਹ ਜਿਹੜਾ ਇਮਦਾਦ ਵਾਲਾ ਉਹ ਹੈ ਨਾ ਮੁਤਾਲਬਾ, ਇਹ ਵੀ ਮਨ ਗਿਣਨਾ ਚਾਹੀਦਾ ਹੈ। ਸਾਡਾ ਹੱਕ ਹੀ ਬਣਦੇ, ਬਾਕੀ ਮੁਮਾਲਿਕ ਹੀ ਕਰਨ ਦੇ, ਪਰ ਸਭ ਕੁਝ ਕਰਨਾ ਚਾਹੀਦਾ ਹੈ। ਕੋਈ ਜੋ ਨਾ ਕੰਟੇਨਰ ਵਗੈਰਾ ਭੇਜਣੇ ਚਾਹੀਦੇ ਹਨ, ਮੈਡੀਸਨ ਦੇ ਅਤੇ ਖੁਰਾਕ ਦੇ ਅਤੇ ਜੋ ਨਾ ਵੀ ਪੁਸ਼ਾਕ ਵਗੈਰਾ, ਕੰਬਲ ਵਗੈਰਾ, ਇਹਨਾਂ ਚੀਜ਼ਾਂ ਦੇ ਭੇਜਣੇ ਚਾਹੀਦੇ ਹਨ। ਇਹ ਮੁਤਾਲਬਾ ਬਿਲਕੁਲ ਜਾਇਜ਼ ਹੈ TLP ਦਾ, ਔਰ ਹਕੂਮਤ ਕੋ ਚਾਹੀਦਾ ਹੈ ਕਿ ਮੰਨੇ ਇਹ ਮੁਤਾਲਬੇ ਕੋ। ਇਹਦੇ ਬਾਅਦ ਜਿਹੜਾ ਤੀਜਾ ਮੁਤਾਲਬਾ ਹੈ TLP ਦਾ, ਉਹ ਇਹ ਹੈ ਕਿ ਜਿਹੜਾ ਇਹ ਨਾ ਇਹ ਇਸਰਾਈਲੀ ਪ੍ਰੋਡਕਟ ਹਨ, ਬ੍ਰਾਂਡ ਹਨ ਜਿਹੜੇ, ਉਹਨਾਂ ਦੇ ਹਵਾਲੇ ਨਾਲ ਆਏ, ਅਤੇ ਉਹਨੂੰ ਵੀ ਮੰਨਣ ਦੇ ਵਿੱਚ ਕੋਈ ਕਬਾਤ ਕਹਿੰਦੇ ਨਾ। ਦੇਖੋ ਤੁਸੀਂ ਜੋ ਨਾ ਉੱਦਾਂ ਜਿਹੜੇ ਬ੍ਰਾਂਡ ਹਨ ਉਹਨਾਂ ਦਾ ਆਲਰੇਡੀ ਕੁਝ ਚੀਜ਼ਾਂ ਚੱਲਦੇ ਪਏ ਨੇ। ਦੇਖੋ ਤੁਸੀਂ ਉੱਥਾਂ ਜਿਹੜੇ ਵੀ ਖਾਣ ਪੀਣ ਚੀਜ਼ਾਂ ਬ੍ਰਾਂਡ ਹਨ ਜਿਹੜੇ, ਇਹਨਾਂ ਦੇ ਜਿਹੜੇ ਗ੍ਰਾਫ ਹੈ ਨਾ, ਸੇਲ ਗ੍ਰਾਫ ਜਿਵੇਂ ਆਪਾਂ ਸਾਧ ਰਹਿੰਦੇ ਹਾਂ ਬਿਜ਼ਨਸ ਦੇ ਜ਼ਬਾਨ ਵਿੱਚ, ਜਿਹਦੇ ਕਿ ਗਰੋਥ ਸਾਡਾ ਪੋਜ਼ਿਟਿਵ ਵਿੱਚ ਜਾਂ ਨੈਗੇਟਿਵ ਵਿੱਚ, ਇਹਨਾਂ ਦਾ ਗਰੋਥ ਆਲਰੇਡੀ ਡਿਕਲਾਈਨ ਵਿੱਚ ਵੇਂਦਾ ਪਏ, ਇਹਨਾਂ ਦੀ ਸੇਲ ਘੱਟ ਚੁੱਕੇ। ਇਹ ਤਾਂ ਕਾਫੀ ਪਹਿਲੇ 17 ਅਕਤੂਬਰ ਕਿ ਨਹੀਂ ਸਟਾਰਟ ਥੀ ਗਏ, ਜਿਹੜੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਐਕਟੀਵਿਸਟ ਹਨ, ਯੂਟਿਊਬਰ, ਟਿਕਟਾਕਰ, ਉਹਨੇ ਆ ਕੇ ਇਹਦੇ 'ਤੇ ਕੰਮ ਕੀਤੇ, ਆਲਰੇਡੀ ਇਹਦੇ 'ਤੇ ਕਾਫੀ ਜ਼ਿਆਦਾ ਕੰਮ ਥੀ ਚੁੱਕੀ ਹੈ ਬਾਈਕਾਟ ਦਾ। ਅਤੇ ਵੱਲ ਵੀ ਇਹ ਜਿਹੜਾ ਕੋਈ ਮੁਤਾਲਬਾ ਕਹਿੰਦੇ, ਜਿੱਥੇ ਜੋ ਨਾ ਆਪਣੇ ਆਵਾਮ ਕੋ ਅਜ਼ੀਅਤ ਸੱਟਿਆ ਵਈਏ, ਉਹਨਾਂ ਕੋ ਮਜਬੂਰ ਕੀਤਾ ਵਈਏ ਕਿ ਤੁਸੀਂ ਧਰਨੇ ਦੇ ਬਾਬਾ, ਹਕੂਮਤ ਕੋ ਇਹ ਮੁਤਾਲਬਾ ਵੀ ਮੰਨ ਕੇ ਲੈਣਾ ਚਾਹੀਦਾ, ਜਾਇਜ਼ ਮੁਤਾਲਬਾ ਹੈ। ਅਤੇ ਲਿਹਾਜ਼ਾ ਇਹ ਜਿਹੜੇ ਤੀਹੇ ਮੁਤਾਲਬੇ ਮੈਂ ਤੁਹਾਨੂੰ ਦੱਸਿਆ, ਇਹ ਜਾਇਜ਼ ਮੁਤਾਲਬੇ ਹਨ, ਗਵਰਨਮੈਂਟ ਕੋ ਮੰਨ ਕੇ ਲੈਣਾ ਚਾਹੀਦਾ, ਔਰ ਇਹ ਜਿਹੜੇ ਵੱਡੇ ਮੁਤਾਲਬੇ ਵੀ ਕਹਿਣੇ, ਗਵਰਨਮੈਂਟ ਕੋਈ ਕਬਾਹਤ ਨਹੀਂ ਹੋਣਾ ਚਾਹੀਦਾ ਇਹ ਮੁਤਾਲਬੇ ਮੰਨਣ 'ਚ। ਹੁਣ ਇਹਦੇ ਕੁਝ ਚੀਜ਼ਾਂ ਹਨ ਜਿਹੜੇ ਇਹ ਟਾਈਮ ਜਿਹੜੇ ਧਰਨਾ ਦਿੱਤੀ ਬੈਠੇ ਹਨ ਜਾਂ ਜਿਹੜੇ ਇਹਤਜਾਜ ਕਰਨ ਦੇ ਪੈਣ, ਉਹਨੇ ਉਹ ਵੀ ਕੁਝ ਚੀਜ਼ਾਂ ਸੋਚਣੇ ਚਾਹੀਦੇ ਨੇ, ਕਿਉਂਕਿ ਜੋ ਹੀ ਉਹ ਆਵਾਮ ਵਿੱਚ ਵਿਸਣ, ਉਹਨੇ ਕਿਨੇ ਇਹ ਸਵਾਲ ਜਵਾਬ ਤਾਂ ਥੀ ਸੀ। ਉਹਦੇ ਬਾਅਦ ਗਵਰਨਮੈਂਟ ਕੋ ਵੀ ਆਪਣੇ ਇੰਡ ਕਿਨੇ ਕੁਝ ਚੀਜ਼ਾਂ ਸੋਚਣੇ ਚਾਹੀਦੇ ਆ। ਉਹ ਕਿਆ ਹੈ? ਉਹ ਇਹ ਕਿ ਤੁਸੀਂ ਦੇਖੋ, ਇਹ ਜਿਹੜਾ ਪਹਿਲਾ ਹਮਲਾ ਥਿਆ ਹੀ ਨਾ, ਉਹ ਹਮਲਾ ਥਿਆ ਹੈ 7 ਕਿਨੇ ਆਹ ਤੱਕ ਜਿਹੜੇ ਵੀ ਪਾਕਿਸਤਾਨ ਦੇ ਵੱਡੇ ਪਾਰਟੀਆਂ ਹਨ, ਉਹਨੇ ਸਾਰੇ ਇਹਤਜਾਜ ਕੀਤੇ, ਆਪਣਾ ਇਹਤਜਾਜ ਰਿਕਾਰਡ ਕਰਵਾਏ, ਔਰ ਵੱਡੇ ਵੱਡੇ ਇਹਤਜਾਜ ਰਿਕਾਰਡ ਕਰਵਾਏ। ਉਹਦੇ ਵਿੱਚ ਇਹ ਜਮਾਤ ਵੀ ਸ਼ਾਮਿਲ ਹੈ ਜੋ ਨਾ ਜਿਹੜੇ ਹੁਣ ਇਹ ਟਾਈਮ ਇਹਤਜਾਜ ਹੈ। ਅਤੇ ਉਹਦੇ ਬਾਅਦ ਬਾਕੀ ਜਿਹੜਾ ਡਿਊਰੇਸ਼ਨ ਗੁਜ਼ਰੇ ਨਾ, ਉਹਦੇ ਵਿੱਚ ਕੋਈ ਇਹ ਜਿਹੜਾ ਜੋ ਨਾ ਇਹਨਾਂ ਦਾ ਕੋਈ ਐਕਟਿਵ ਰੋਲ ਨਹੀਂ ਰਹਿ ਗਿਆ। ਬਾਕੀ ਜਹਾਂ ਤੱਕ ਜ਼ਬਾਨੀ ਕਲਾਮੀ ਹੈ, ਉਹ ਤਾਂ ਸਾਰੇ ਕਰਿੰਦੇ ਰਹਿ ਗਏ ਹਨ। ਫਜ਼ਲੁਰ ਰਹਿਮਾਨ ਵੀ ਬੜ ਚੜ ਕੇ ਜੋ ਨਾ ਇਹਦੀ ਮੁਜ਼ੰਮਤ ਕੀਤੇ, ਉਹਦੇ ਬਾਅਦ ਬਾਕੀ ਜਿਹੜੇ ਜਮਾਤਾਂ ਹਨ ਉਹਨੇ ਵੀ ਮੁਜ਼ੰਮਤ ਕੀਤੇ। ਇਹਦੀ ਤੁਸੀਂ ਦੇਖ ਸਕਦੇ ਜਮਾਤ ਇਸਲਾਮੀ ਦੇ ਜਿਹੜੇ ਸੈਨੇਟਰ ਹਨ ਮੁਸ਼ਤਾਕ, ਅਤੇ ਉਹਨੇ ਦੇ ਤੁਸੀਂ ਹਾਲਾਤ ਦੇਖੋ, ਬਾਕਾਇਦਾ ਆ ਕੇ ਇਸਲਾਮਾਬਾਦ ਬਹਿ ਗਏ ਹਨ। PTI ਕੋ ਤਾਂ ਇਹਦੇ ਵਿੱਚ ਗਿਣੋ ਹੀ ਨਾ, ਕਿਉਂਕਿ PTI ਕੋ ਤੋਂ ਬਾਹਰੋਂ ਨਿਕਲਣ ਪਏ ਨਹੀਂ ਨਾ। PTI ਦਾ ਤਾਂ ਕੋਈ ਬੰਦਾ ਬਾਹਰੋਂ ਨਿਕਲਦੇ ਤੂੰ ਕੋਈ ਡੰਡੇ ਸੋਟੇ ਨਾਲ ਘੁੱਟ ਲੈਂਦੇ ਨੇ, ਉਹ ਕੋਈ ਵਿਛਾ ਲੈਂਦੇ ਨੇ। ਇਸ ਖਾਤਰ ਉਹਨੇ ਕੋ ਤਾਂ ਇਜਾਜ਼ਤ ਹੀ ਕਹਿੰਦੇ ਮਿਲਿਆ, ਉਹ ਕਹੀਂ ਦੇ ਹੱਕ ਜੀ ਕੋਈ ਜੋ ਨਾ ਜਲਸਾ ਜਲੂਸ ਵਗੈਰਾ ਜਾਂ ਇਹਤਜਾਜ ਵਗੈਰਾ ਨਹੀਂ ਕਰ ਸਕਦੇ। ਲਿਹਾਜ਼ਾ ਜੋ ਨਾ ਉਹਦੇ ਇਲਾਵਾ ਬਾਕੀ ਜਿਹੜੇ ਵੀ ਜਮਾਤ ਹਨ, ਉਹਨੇ ਇਹਤਜਾਜ ਹੀ ਉਹਨੇ ਜੋ ਨਾ ਆਪਣਾ ਆਵਾਜ਼ ਤਾਂ ਚਾਹਤੇ, ਉਹਨੇ ਕੋ ਬੁਰਾ ਆਖੇ, ਲੇਕਿਨ ਇਹ ਹੁਣੇ ਜਿਹੜਾ ਸਪੈਸੀਫਿਕ ਨਿਕਲਣ ਹੈ ਨਾ, ਇਹਦਾ ਜਵਾਬ ਜ਼ਰੂਰ ਜਿਹੜੇ ਲੀਡਰਸ਼ਿਪ ਹੈ ਜਮਾਤ ਦਾ,
ਇਹ ਜੋ ਨਾ ਤਹਿਰੀਕੇ ਲਬੈਕ ਪਾਕਿਸਤਾਨ ਦਾ ਇੱਕ ਜ਼ਰੂਰ ਜੋ ਨਾ ਦੇਣਾ ਪਵੇ ਸੀ ਗੱਲ ਦਾ ਜਵਾਬ ਕਹੀਂ ਨਾ ਕਹੀਂ ਫੋਰਮ ਤੇ ਜੋ ਨਾ, ਕਿਉਂਕਿ ਵੀ ਇੱਕ ਸਿਆਸੀ ਜਮਾਤ ਹੈ, ਆਵਾਮ ਦੇ ਵਿੱਚ ਵਹਿੰਦੇ, ਆਵਾਮ ਨੇ ਕਹਿੰਦੇ ਜਵਾਬ ਜ਼ਰੂਰ ਪੁੱਛ ਸੀ। ਅੱਛਾ ਹੁਣ ਦੂਜੀ ਗੱਲ ਹੈ ਹਕੂਮਤ ਦੇ ਐਂਡ ਕਹਿੰਦੇ, ਦੇਖੋ ਤੁਸੀਂ ਹਕੂਮਤ ਦਾ ਵੀ ਦੋਹਰਾ ਮਿਆਰ ਹੈ। ਅਗਰ ਪੀ ਟੀ ਆਈ ਇਹ ਮੌਜੂਦ ਦੇ ਨਿਕਲਣ ਚਾਹੁੰਦੇ ਫਲਸਤੀਨ ਦੇ ਹੱਕ ਵਿੱਚ, ਪੀ ਟੀ ਆਈ ਵਾਲਿਆਂ ਕੋਲ ਘੁੱਟ ਦਿੱਤੇ ਨੇ ਵਿਆਹ ਫਜ਼ਲ ਉਰ ਰਹਿਮਾਨ, ਇਹਨਾਂ ਦਾ ਜੋ ਨਾ ਕਹੀਂ ਕੋ ਨਹੀਂ ਨਿਕਲਣ ਦਿੰਦੇ ਪਏ। ਉਹਦੇ ਸਾਹਮਣੇ ਕਿ ਜਿਹੜਾ ਮੁਸ਼ਤਾਕ ਸੈਨੇਟਰ ਜੋ ਨਾ ਉਹ ਨਿਕਤੇ ਸ਼ੁਦਾ ਉਹ ਇਸਲਾਮਾਬਾਦ ਆ ਕੇ ਬੈਠੇ, ਉਹਦਾ ਬੰਦਾ ਮਾਰ ਦਿੱਤੇ ਨੇ, ਬੰਦਾ ਲਤਾੜਿਆ ਗਿਆ, ਬੰਦਾ ਸ਼ਹੀਦ ਕਰ ਦਿੱਤੇ ਨੇ। ਉਹਦੇ ਬਾਅਦ ਉਹਨਾਂ ਦਾ ਇੰਤਜ਼ਾਮੀਆ ਦਾ ਰਵੱਈਆ ਦੇਖੋ, ਉਹਦੇ ਨਾਲ ਮਤਲਬ ਹੁਣ ਦੇਖੋ ਇਹਨਾਂ ਨਾਲ ਇੰਤਜ਼ਾਮੀਆ ਦਾ ਰਵੱਈਆ ਵੈਲਕਮ ਕਰਨ ਦੇ ਖੜੇ, ਉਹਨਾਂ ਕੋਲ ਆਪ ਬਿਲਿਆਂ ਦੇ ਆਪਾਂ ਨਹੀਂ ਲੱਗਦੇ ਜਿਵੇਂ ਜੋ ਨਾ ਅੱਗੋਂ ਖੜੇ ਹੋਵਣ ਪੁਲਿਸ ਵਾਲੇ ਵੈਲਕਮ ਕਰਨ ਦੇ ਖਾਤਰ। ਅਤੇ ਇਹ ਜਿਹੜਾ ਰਵੱਈਆ ਨਾ, ਜਿਹੜਾ ਦੋਹੇ ਦਾ ਮਕਸਦ ਹੈ ਨਾ, ਉਹ ਇੱਕੋ ਹੈ। ਜਿਹੜਾ ਸੈਨੇਟਰ ਜੋ ਨਾ ਮੁਸ਼ਤਾਕ ਬੈਠਾ ਸੀ ਇਸਲਾਮਾਬਾਦ ਵਿੱਚ, ਤਾਂ ਉਹਦਾ ਵੀ ਮਕਸਦ ਜੋ ਨਾ ਸੰਪੈ ਉਹ ਜੋ ਨਾ ਇਹਤਜਾਜ ਰਿਕਾਰਡ ਕਰਵਾਉਣਾ, ਇਹ ਦੁਨੀਆ ਕੋਲ ਦੱਸਾਉਣਾ ਹੈ ਕਿ ਅਸਾਂ ਕਿਹੜੀ ਸਾਈਡ 'ਤੇ ਖੜੇ ਹਾਂ। ਅਤੇ ਉਹਦੇ ਬਾਅਦ ਇਹਨਾਂ ਦਾ ਵੀ ਮਕਸਦ ਹੀ ਉਹ ਇਹਤਜਾਜ ਰਿਕਾਰਡ ਕਰਨ ਦਾ, ਆਪਣੇ ਗਵਰਨਮੈਂਟ ਕੋਲ ਪ੍ਰੈਸ਼ਰਾਈਜ਼ ਕਰਨ ਕਿ ਅਸਾਂ ਕਿਹੜੀ ਸਾਈਡ 'ਤੇ ਖੜੇ। ਲੇਕਿਨ ਉਹਨਾਂ ਦੇ ਉੱਤੇ ਡੰਡੇ ਚਾਰਜ ਸਨ, ਉਹਨਾਂ ਦਾ ਬੰਦਾ ਮਾਰ ਦਿੱਤਾ ਗਿਆ, ਉਹਨਾਂ ਦਾ ਸ਼ਾਮ ਫਜਰ ਪੁਲਿਸ ਉਹਨਾਂ ਕੋਲ ਖੁਆਰ ਕਰਦਾ, ਇਸਲਾਮਾਬਾਦ ਪੁਲਿਸ ਇਹਨਾਂ ਕੋਲ ਵੈਲਕਮ ਕਰਦੇ ਪੈਣ। ਇਹ ਜਿਹੜਾ ਰਿਆਸਤ ਦਾ ਦੋਹਰਾ ਮਿਆਰ ਹੈ ਨਾ, ਇੰਕੂ ਵੀ ਦੇਖਣਾ ਪਵੇ ਸੀ ਕਿ ਇਹ ਕਿਵੇਂ ਹੈ ਅਤੇ ਇਹ ਕਿਉਂ ਹੈ। ਉਹਦੇ ਬਾਅਦ ਬਾਕੀ ਜਿਹੜੇ ਜਮਾਤ ਹਨ ਉਹਨਾਂ ਕੋਲ ਵੀ ਇਜਾਜ਼ਤ ਦੇਵੇ ਨਾ, ਉਹ ਵੀ ਤਾਂ ਆਵੇਨ ਬਾਹਰੋਂ ਨਿਕਲਣ, ਉਹ ਵੀ ਤਾਂ ਇਹਤਜਾਜ ਕਰਨ ਨਾ, ਉਹਨਾਂ ਕੋਲ ਵੀ ਤਾਂ ਇਹਤਜਾਜ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਨਾ। ਬਾਹਰ ਮੈਂ ਇੰਡ 'ਚ ਬਲਾ ਹੀ ਉਹ ਕੋਈ ਆਖਸਾਂ, ਜਿਹੜਾ ਇਹ ਮਕਸਦ ਹੈ ਇਹ ਤਹਿਰੀਕੇ ਲੱਭਾਇਕ ਦਾ ਬਹੁਤ ਵੱਡਾ ਮਕਸਦ ਹੈ। ਇਹਦੇ ਖਾਤਰ ਜਿਹੜੇ ਨਿਕਤੇ ਨੇ, ਜਿਹਨੇ ਕੁਰਬਾਨੀ ਦਿੱਤੇ, ਜਿਹਨੇ ਆਪਣੇ ਘਰ ਛੋੜੇ, ਜਿਹਨੇ ਜੋ ਹੈ ਨਾ ਆਪਣੇ ਕਾਰੋਬਾਰ ਛੋੜੇ ਔਰ ਉਹ ਗਏ, ਉਹਨਾਂ ਦਾ ਮਕਸਦ ਬਹੁਤ ਵੱਡਾ ਮਕਸਦ ਹੈ ਔਰ ਉਹ ਮਕਸਦ ਦੇ ਖਾਤਰ ਨਿਕਤੇ ਨੇ। ਦੇਰ ਸਹੀ ਦਰੁਸਤ ਹੈ ਜੋ ਨਾ, ਜਿਹੜੇ ਮੁਤਾਲਬਾਤ ਨੇ ਉਹਨਾਂ ਦੇ ਉਹ ਬਿਲਕੁਲ ਜਾਇਜ਼ ਮੁਤਾਲਬਾਤ ਹਨ, ਹਰ ਪਾਕਿਸਤਾਨੀ ਦੇ ਮੁਤਾਲਬਾਤ ਹਨ, ਹਰ ਮੁਸਲਮਾਨ ਦੇ ਮੁਤਾਲਬਾਤ ਹਨ, ਤਰੀਹ ਮੁਤਾਲਬਾਤ, ਉਹ ਵੀ ਹਕੂਮਤ ਕੋ ਫਿਰ ਫੌਰ ਮੰਨਣੇ ਚਾਹੀਦੇ ਨੇ ਤਾਂ ਕਿ ਜ਼ਿਆਦਾ ਦੇਰ ਉੱਥਾਂ ਪਾਵੇਂ ਨਾ। ਬਾਰਹਾ ਜੋ ਨਾ ਇਹ ਟਾਈਮ ਕੋਈ ਇਜਾਜ਼ਤ ਦੇਸੋ, ਆਪਣੇ ਦੁਆਵਾਂ ਵਿੱਚ ਯਾਦ ਰੱਖਸੋ। ਥੈਂਕ ਯੂ, ਅੱਲਾ ਹਾਫਿਜ਼।